ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ। ਤਾਂ ਤੁਸੀਂ ਦੇਖਦੇ ਪਏ ਜੀ ਤੁਹਾਡਾ ਦੇਸ਼ ਪੰਜਾਬ ਟੀਵੀ ਯੂਟਿਊਬ ਚੈਨਲ। ਜਿੱਦਾਂ ਕਿ ਆਪਣੇ ਵੀਰਾਂ ਅਤੇ ਭਰਾਵਾਂ ਅਤੇ ਦੋਸਤਾਂ ਲਈ ਮੈਂ ਕੋਸ਼ਿਸ਼ ਕਰਨਾ ਖੂਬਸੂਰਤ ਅਤੇ ਜਨਾਬ ਅੱਛੀ ਵੀਡੀਓ ਲੈ ਕੇ ਹਾਜ਼ਰ ਹੋਣਾ ਆਪਣੇ ਵੀਰਾਂ ਅਤੇ ਭਰਾਵਾਂ ਅਤੇ ਦੋਸਤਾਂ ਲਈ, ਜਿਹੜੀ ਅੱਜ ਵੀਡੀਓ ਲੈ ਕੇ ਹਾਜ਼ਰ ਹੋਣਾ। ਉਮੀਦ ਕਰਨਾ ਕਿ ਪਸੰਦ ਆਏਗੀ, ਹਮੇਸ਼ਾ ਤਰ੍ਹਾਂ ਪਸੰਦ ਆਵੇ ਨੂੰ ਲਾਈਕ ਵੀ ਕਰਨਾ, ਸ਼ੇਅਰ ਵੀ ਕਰਨਾ, ਕਮੈਂਟ ਵੀ ਕਰਨਾ, ਔਰ ਜਨਾਬੇ ਤੁਹਾਡਾ ਦੇਸ਼ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਵੀ ਕਰਨਾ। ਮਾਸ਼ਾਅੱਲਾ, ਬੜੇ ਹਾਈਟ ਵਾਲੀ ਗਾਂ ਵਿੱਚੇ ਚੁਆਈਆਂ ਕਰਾਵਾਂਗਾ, ਔਰ ਮੇਰੇ ਵੀਰ ਦੇਖਦੇ ਪਏ ਰੈੱਡ ਫਰੀਜ਼ੀਅਨ ਅਤੇ ਜਨਾਬੇ ਲਈ ਸਾਹੀਵਾਲ ਦਾ ਕ੍ਰਾਸ ਏ। ਇਹ ਮੇਰੇ ਵੀਰ ਥਣ ਵੇਖ ਲੈਣ, ਮਾਸ਼ਾਅੱਲਾ ਬੜਾ ਪਾਵਰ ਵਾਲਾ ਵਹਿਣ ਨੂੰ ਲੱਗਿਆ। ਰੈੱਡ ਫਰੀਜ਼ੀਅਨ ਅਤੇ ਸਾਹੀਵਾਲ ਦਾ ਕ੍ਰਾਸ ਬਣਦਾ ਪਿਆ, ਜਨਾਬੇ ਲਈ ਬਹੁਤ ਵੱਡੀ ਗਾਂ ਹੈ। ਮੈਂ ਆਪਣੇ ਭਰਾਵਾਂ ਨੂੰ ਦੱਸਦਾ ਜਾਵਾਂ, ਮੇਰੇ ਜਨਾਬੇ ਲਈ ਕੈਮਰੇ ਦੀ ਆਖਦੇ ਵੇਖਦੇ ਪਏ ਮੁੰਡਾ ਕਿੱਥੇ ਜਾਂਦਾ ਪਿਆ ਅਤੇ ਗਾਂ ਦਾ ਕੱਦ ਕਿੱਡਾ, ਔਰ ਕੈਮਰੇ ਦੇ ਵਿੱਚ ਪੂਰੀ ਨਹੀਂ ਆਉਂਦੀ ਪਈ। ਮਾਸ਼ਾਅੱਲਾ ਐਡੇ ਕੱਦ ਕਾਠ ਵਾਲੀ, ਬੜੇ ਹੁਸਨ ਵਾਲੀ, ਥਣ ਵੀ ਬੜਾ ਪਾਵਰ ਵਾਲਾ, ਔਰ ਜਨਾਬੇ ਲਈ ਰੈੱਡ ਫਰੀਜ਼ੀਅਨ ਕ੍ਰਾਸ ਦੇ ਵਿੱਚ ਜਨਾਬ ਬੈਠੇ ਮੇਰੇ ਵੀਰ ਦੋਸਤ ਭਰਾ ਹਰ ਗੱਲ ਵੇਖਦੇ ਪਏ ਨੇ। ਤਸੱਲੀ ਨਾਲ ਆਪਣੇ ਭਰਾਵਾਂ ਨੂੰ ਦਿਖਾਉਂਦਾ ਪਿਆ, ਬਾਕੀ ਲੈਣ ਦੇਣੇ ਹੋਣਗੇ ਮੁਕੱਦਰ। ਜਨਾਬੇ ਲਈ ਬਾਈ ਨੂੰ ਕਹਾਂਗੇ ਬੱਚਾ ਲਾਵੇ, ਚੁਆਈ ਕਰਾਵੇ, ਹਰ ਗੱਲ ਮੇਰੇ ਵੀਰਾਂ ਅਤੇ ਭਰਾਵਾਂ ਦੇ ਦੋਸਤਾਂ ਦੇ ਸਾਹਮਣੇ ਆ ਜਾਏਗੀ ਅੱਲਾਹ ਦੇ ਹੁਕਮ ਨਾਲ ਇਨਸ਼ਾਅੱਲਾ। ਬੱਚਾ ਲਾਉਣ ਲੱਗ ਪਿਆ, ਬੱਚਾ ਮੇਰੇ ਵੀਰ ਦੇਖਣ ਭਾਈ ਛੱਡਣ ਲੱਗਿਆ, ਔਰ ਜਨਾਬ ਮੇਰੇ ਵੀਰਾਂ ਅਤੇ ਭਰਾਵਾਂ ਅਤੇ ਦੋਸਤਾਂ ਦੇ ਸਾਹਮਣੇ ਇੱਕ ਇੱਕ ਗੱਲ। ਅਸਲਾਮ ਵਾਲੇਕੁਮ ਭਾਈ ਜਾਨ। ਹੈਲੋ ਸਰ, ਮੈਨੂੰ ਵਾਇਸ ਕਰ ਦਿਓ, ਮੈਂ ਹੁਣੇ ਭਰਾ ਨੂੰ ਸੈਂਡ ਕਰਨਾ। ਕਿਹੜੀ ਗਾਇ ਦੇ ਆ ਜਿਹੜੀ ਹੁਣ ਵੇਖੀ ਤੇ, ਮਗਰ ਵੱਛਾ ਜੀ ਵੱਛੀ ਨਹੀਂ ਹੈ, ਵੱਛਾ ਜੀ ਵੱਛਾ ਭਾਈ ਜਾਨ, ਮੈਂ ਹੁਣੇ ਕਰਨਾ ਭਾਈ ਜਾਨ, ਹੁਣੇ ਕਰਨਾ। ਠੀਕ ਜੀ ਸ਼ਬਾਸ਼ ਭਾਈ, ਮੈਂ ਹੁਣੇ ਕਰਨਾ ਜੀ। ਔਰ ਇਹ ਜਨਾਬ ਮੇਰੇ ਭਰਾਵਾਂ ਦੇ ਸਾਹਮਣੇ, ਮਾਸ਼ਾਅੱਲਾ ਜਾਨਵਰ ਦਾ ਕੱਦ ਜਿਵੇਂ ਸੋਹਣਾ ਹੈ, ਓਡਾ ਹੀ ਪਿਆਰਾ ਪ੍ਰਿੰਟ ਹੈ, ਓਡਾ ਹੀ ਪਿਆਰਾ ਅੱਲਾਹ ਤਾਲਾ ਨੇ ਆਰਡਰ ਕੁਆਲਿਟੀ ਬਣਾਇਆ, ਔਰ ਓਡਾ ਹੀ ਪਿਆਰਾ ਜਨਾਬੇ ਲਈ ਪਾਵਰ ਵਾਲਾ ਥਣ ਲੱਗਿਆ ਹੈ, ਔਰ ਮੇਰੇ ਵੀਰਾਂ ਅਤੇ ਭਰਾਵਾਂ ਦੇ ਦੋਸਤਾਂ ਦੇ ਸਾਹਮਣੇ ਸਿੰਘ ਵੈੜਦੇ ਹੈਗੇ ਨੇ 3-3 ਇੰਚ। ਬਾਕੀ ਜਨਾਬੇ ਲਈ ਮੇਰੇ ਵੀਰ ਚੁਆ ਵੇਖਣਗੇ ਗਾਂ ਦਾ, ਮਾਸ਼ਾਅੱਲਾ ਲਾਜਵਾਬ, ਔਰ ਥਣਾਂ ਵੱਲੋਂ ਵੀ ਮਾਸ਼ਾਅੱਲਾ ਪਸਮਾ ਮੇਰੇ ਵੀਰ ਵੇਖ ਲੈਣ। ਇਹ ਜਿਹਾ ਥਣ ਭਲਾ ਮੱਝ ਨੂੰ ਵੀ ਲੱਗਿਆ ਹੁੰਦਾ, ਭਾਵੇਂ ਆਪਾਂ 10 ਲੱਖ ਦੀ ਮੱਝ ਲੈ ਲਾਂਗੇ, ਥਣ ਹੀ ਲੱਗਿਆ ਹੋਵੇਗਾ। ਇੰਨਾ ਦੁੱਧ ਜਨਾਬੇ ਲਈ 10 ਲੱਖ ਵਾਲੀ ਮੱਝ ਵੀ ਨਹੀਂ ਦੇਗੀ, ਔਰ ਅੱਲਾਹ ਦੇ ਫਜ਼ਲ ਅਤੇ ਕਰਮ ਦੇ ਨਾਲ ਜਿੰਨਾ ਜਨਾਬੇ ਲਈ ਇਹ ਗਾਏ ਅੱਲਾਹ ਦੇ ਕੋਲ ਦੁੱਧ ਦੇਗੀ, ਦੁੱਧ ਵੀ ਸਫੈਦ ਹੋਏਗਾ, ਔਰ ਮੇਰੇ ਵੀਰਾਂ ਦੇ ਸਾਹਮਣੇ ਪਸਮਾ ਵੀ ਲੋਹੇ ਰੰਗਾ। ਇਹ ਦੇਖਦੇ ਪਏ ਨੇ ਪਸਮਾ ਜ ਥਣ ਮੋਟਾ ਕਰ ਗਈ ਹੋਰ ਜ਼ਿਆਦਾ, ਮਾਸ਼ਾਅੱਲਾ ਗਾਂ, ਔਰ ਮੇਰੇ ਵੀਰ ਮੇਰੇ ਭਰਾ ਮੇਰੇ ਦੋਸਤ ਮੇਰੇ ਸੰਗੀ ਵੇਖਦੇ ਰਹਿਣ, ਅੱਲਾਹ ਦੇ ਫਜ਼ਲ ਅਤੇ ਕਰਮ ਦੇ ਨਾਲ ਇਨਸ਼ਾਅੱਲਾ ਤਾਲਾ ਹਮੇਸ਼ਾ ਜਿਹੜੀਆਂ ਗੱਲਾਂ ਹੋਈਆਂ ਨੇ ਵੀਰਾਂ ਵਾਸਤੇ ਸੱਚੀਆਂ ਅਤੇ ਪੱਕੀਆਂ ਕਰੀਦੀਆਂ ਨੇ, ਕਦੇ ਕੋਈ ਫਰਕ ਜਾਂ ਕਮੀ ਕੁਤਾਈ ਨਹੀਂ ਰਹਿਣ ਦਿੱਤੀ। ਇਹ ਦੇਖਦੇ ਪਏ ਨੇ ਬਾਲਟੀ ਬਿਲਕੁਲ ਖਾਲੀ ਹੈ, ਔਰ ਬਾਈ ਚੁਆਈ ਕਰਨ ਲੱਗਿਆ ਤਸੱਲੀ ਨਾਲ। ਇਹ ਮੇਰੇ ਭਰਾ ਦੇਖਦੇ ਪਏ ਨੇ, ਮਾਸ਼ਾਅੱਲਾ ਬੜਾ ਪਿਆਰਾ ਚੁਆ, ਮੋਟਾ, ਇਹ ਵੇਖ ਲੈਣ ਮੇਰੇ ਵੀ, ਇਹ ਦੇਖਦੇ ਪਏ ਨੇ ਕੋਈ ਛੱਟ ਨਹੀਂ, ਭਾਵੇਂ ਬੋਤਲ ਦੇ ਵਿੱਚ ਚੋਲੀ ਹੈ, ਮਾਸ਼ਾਅੱਲਾ ਬਹਿ ਗਈ, ਔਰ ਦੁੱਧ ਵੀ ਸਫੈਦ ਚਿੱਟਾ ਮੱਝਾਂ ਰੰਗਾ, ਔਰ ਇਨਸ਼ਾਅੱਲਾ ਤਾਲਾ ਵੀਡੀਓ ਪਸੰਦ ਆਏਗੀ। ਵੀਡੀਓ ਪਸੰਦ ਆਵੇ ਤਾਂ ਲਾਈਕ ਵੀ ਕਰਨਾ, ਸ਼ੇਅਰ ਵੀ ਕਰਨਾ, ਕਮੈਂਟ ਵੀ ਕਰਨਾ, ਔਰ ਲੈਣ ਦੇਣ ਮੁਕੱਦਰ ਹੁੰਦੇ ਨੇ, ਸੌਦਾ ਨਸੀਬਾਂ ਦਾ। ਜਾਨਵਰ ਮੇਰੇ ਵੀਰਾਂ ਦੇ ਸਾਹਮਣੇ, ਮਾਸ਼ਾਅੱਲਾ ਬੜਾ ਲਾਜਵਾਬ ਜਾਨਵਰ, ਮਾਸ਼ਾਅੱਲਾ ਮਾਸ਼ਾਅੱਲਾ, ਜ਼ਰੂਰ ਪੜ੍ਹਨੀ ਮੇਰੇ ਭਰਾਵਾਂ ਨੇ। ਔਰ ਇੱਕ ਇੱਕ ਗੱਲ ਮੇਰੇ ਕੈਮਰੇ ਦੀ ਅੱਖ ਦੇ ਸਾਹਮਣੇ, ਇਹ ਜਾ 100 ਚ 1 ਦੀ ਗਾਂ ਦਾ ਚੁਆ ਹੁੰਦਾ, ਔਰ ਏਡੇ ਕੱਦ ਕਾਠ ਵਾਲੀਆਂ ਰੋਜ਼ ਦੋਸਤ ਨਹੀਂ ਲੱਭਦੀਆਂ, ਔਰ ਬਹੁਤ ਕੰਮ ਨਜ਼ਰ ਦੇ ਅੱਗੇ ਜੀ ਨਸਲ ਦੇ ਵਿੱਚ ਆਉਂਦੀਆਂ ਨੇ। ਔਰ ਮੈਂ ਸਭ ਤੋਂ ਵੱਡੀ ਆਪਣੇ ਵੀਰਾਂ ਅਤੇ ਦੋਸਤਾਂ ਨੂੰ ਗੱਲ ਦੱਸਦਾ ਜਾਵਾਂ, ਇਹਦੇ 'ਚ ਜਿਹੜਾ ਮਰਜ਼ੀ ਸਿਮਰ ਰਖਾ ਸਕਦੇ ਜੋ ਬ੍ਰਹਮਣ ਵੀ ਜਨਾਬੇ ਲਈ ਬ੍ਰਹਮਣ, ਮੇਰੇ ਵੀਰਾਂ ਨੂੰ ਪਤਾ ਕਿ ਆਮ ਗਾਂ ਨਹੀਂ ਬ੍ਰਹਮਣ ਜਨਾਬੇ ਲਈ ਸਿਮਰ ਰੱਖ ਕੇ ਬੱਚਾ ਦੇ ਸਕਦੀ, ਔਰ ਅੱਲਾਹ ਦੇ ਹੁਕਮ ਨਾਲ ਬ੍ਰਹਮਣ
ਸਿਮਰ ਰਖਾਇਆ ਵੀ ਅੱਲਾਹ ਦੇ ਹੁਕਮ ਨਾਲ ਗਾਂ ਬੱਚਾ ਦੇਗੀ ਔਰ ਇਨਸ਼ਾਅੱਲਾ ਤਾਲਾ ਬੜਾ ਲਾਜਵਾਬ ਜਾਨਵਰ ਔਰ ਇੱਕ ਇੱਕ ਚੀਜ਼ ਮੇਰੇ ਭਰਾਵਾਂ ਅਤੇ ਦੋਸਤਾਂ ਅਤੇ ਸੰਗੀਆਂ ਦੀ ਅੱਖ ਦੇ ਸਾਹਮਣੇ ਔਰ ਕੈਮਰੇ ਦੀ ਅੱਖ ਬੋਲ ਬੋਲ ਕੇ ਅੱਲਾਹ ਦੇ ਹੁਕਮ ਨਾਲ ਦੱਸਦੀ ਪਈਏ ਅਕਾਬ ਦੀ ਨਜ਼ਰ ਨਾਲ ਦਿਖਾਈਦਾ ਵੀਰਾਂ ਨੂੰ ਜਾਨਵਰ ਔਰ ਇਸੇ ਲਈ ਦਿਖਾਈਦਾ ਕਿ ਵੀਰਾਂ ਦੀਆਂ ਤਸੱਲੀਆਂ ਹੋਣ ਕੋਈ ਵੀ ਚੀਜ਼ ਅੱਗੇ ਪਿੱਛੇ ਨਾ ਹੋਵੇ ਕੋਈ ਨਜ਼ਰ ਦੇ ਅੱਗੋਂ ਕੋਈ ਗੱਲ ਇੱਕ ਸਕਿੰਟ ਲਈ ਵੀ ਮੇਰੇ ਵੀਰਾਂ ਦੀ ਅੱਖ ਤੋਂ ਓਝਲ ਨਾ ਹੋਵੇ ਬਾਕੀ ਲੈਣੇ ਦੇਣੇ ਮੁਕੱਦਰ ਹਰ ਗੱਲ ਖੋਲ੍ਹ ਕੇ ਜਨਾਬੇ ਲਈ ਮੋਤੀ ਤਰ੍ਹਾਂ ਪਰੋ ਕੇ ਦੱਸ ਦੇਈਏ ਵੀਰਾਂ ਨੂੰ ਤਸੱਲੀ ਹੋ ਜਾਵੇ ਜਾਨਵਰ ਜਿਹੜਾ ਮੇਰਾ ਵੀਰ ਲੈਣਾ ਚਾਹੁੰਦਾ ਪੂਰਾ ਲੈਣ ਦਾ ਰੱਖਦਾ ਉਹਨੂੰ ਇਹ ਹੋਵੇ ਕਿ ਡਾਊਟ ਨਾ ਹੋਵੇ ਵੈੜ ਦੀਆਂ ਅਸੀਲਤਾਂ ਮੇਰੇ ਵੀਰ ਦੇਖਦੇ ਪੈਣੇ ਭਾਈ ਨੇ ਵੰਗਾ ਵੀ ਨਹੀਂ ਪਾਇਆ ਏਡਾ ਅਸੀਲ ਜਾਨਵਰ ਦੋਸਤੋ ਵੰਗਾ ਵੀ ਨਹੀਂ ਵੈੜ ਨੂੰ ਪੈਂਦਾ ਵੰਗਾ ਵੀ ਨਾ ਪਾਓ ਭਾਵੇਂ 20 ਸੇਰੀ ਮਾਸ਼ਾਅੱਲਾ ਮੈਂ ਗਰੰਟੀਆਂ ਨਾਲ ਮੈਂ ਆਪਣੇ ਵੀਰਾਂ ਦੱਸਦਾ ਜਾਂਦਾ 20 ਸੇਰੀ ਗਾਂ ਮੇਰੇ ਵੀਰ ਕੋਈ 2 ਟਾਈਮ ਚੁਆਈ ਕਰਵਾਵੇ ਭਾਵੇਂ 3 ਟਾਈਮ ਕਰਵਾਵੇ ਉੱਥੇ ਘਰੇ ਬੈਠਾ ਵੀ ਅੱਲਾਹ ਦੇ ਹੁਕਮ ਨਾਲ ਵੀਡੀਓ ਕਾਲ 'ਤੇ ਵੀ ਚੁਆਈ ਲੈਗਾ ਵੀਡੀਓ ਕਾਲ 'ਤੇ ਵੀ ਹਮੇਸ਼ਾ ਤਰ੍ਹਾਂ ਚੁਆਈ ਦੇਵਾਂਗੇ ਵੀਰਾਂ ਦੀਆਂ 2 ਟਾਈਮ ਤਸੱਲੀਆਂ ਕਰਾਵਾਂਗੇ ਜਦੋਂ ਵੀਰਾਂ ਨੇ ਕਹਿਣਾ ਕਿ ਜਵੇਦ ਬਾਈ ਓਕੇ ਉਸ ਤੋਂ ਬਾਅਦ ਬਾਕੀ ਬਾਈ ਨੂੰ ਪੈਸੇ ਲਵਾਵਾਂਗੇ ਟੋਕਨ ਕਰਾ ਕੇ 2 ਚੁਆਈਆਂ ਆਪਾਂ ਬਾਈ ਤੋਂ ਤਸੱਲੀ ਨਾਲ ਲੈ ਸਕਦੇ ਹਾਂ ਹਰ ਗੱਲ ਵੰਗੇ ਵੁੰਗੇ ਤੋਂ ਬਗੈਰ ਮਾਸ਼ਾਅੱਲਾ ਗਾਂ ਦਾ ਚੁਆ ਜਨਾਬ ਮੇਰੇ ਵੀਰ ਦੇਖਦੇ ਪੈਣ ਤਸੱਲੀ ਬਖਸ਼ ਬਾਲਟੀ ਇਹੀ ਤਾਂ ਆਉਂਦੀ ਪਈ ਜਨਾਬੇ ਲਈ ਅੱਲਾਹ ਦੇ ਹੁਕਮ ਨਾਲ ਚੁਆਈ ਗਾਂ ਦਾ ਐਡਾ ਲਾਜਵਾਬੇ ਬਾਲਟੀ ਤਾਂ ਭੱਜੀ ਆਉਂਦੀ ਮਾਸ਼ਾਅੱਲਾ ਦੁੱਧ ਮਾਸ਼ਾਅੱਲਾ ਗਾਂ ਦੁੱਧ ਵਾਲਾ ਜਾਨਵਰ ਹੈ ਜਿਹੜਾ ਅੱਲਾਹ ਦੇ ਹੁਕਮ ਨਾਲ ਚੁਆ ਦੇ ਵਿੱਚ ਹੀ ਦੱਸ ਦਿੰਦਾ ਮੇਰੇ ਵੀਰਾਂ ਨੂੰ ਤਸੱਲੀਆਂ ਚੁਆਈ ਦੀਆਂ ਤਾਂ ਕਰਾਈ ਦੀਆਂ ਨੇ ਸੀਲ ਸਾ ਉਹਦਾ ਪਤਾ ਲੱਗ ਜਾਵੇ ਆਪਾਂ ਨੂੰ ਵੀਰੋ ਔਰ ਜਾਨਵਰ ਦੀ ਪੂਰੀ ਵੰਡ ਕੱਢ ਕੇ ਨਿਕਲ ਜਾਵੇ ਆਪਣੇ ਸਾਹਮਣੇ ਤਸੱਲੀ ਬਖਸ਼ ਕੰਮ ਮੇਰੇ ਵੀਰਾਂ ਵਾਸਤੇ ਜਨਾਬੇ ਲਈ ਅੱਲਾਹ ਦੇ ਹੁਕਮ ਅਤੇ ਅੱਲਾਹ ਦੇ ਫਜ਼ਲ ਨਾਲ ਔਰ ਮੇਰੇ ਰੱਬ ਦੇ ਸੋਹਣੇ ਦੀ ਰਹਿਮਤ ਨਾਲ ਇਨਸ਼ਾਅੱਲਾ ਤਾਲਾ ਕੰਮ ਸਾਰਾ ਮੇਰੇ ਵੀਰਾਂ ਦੇ ਸਾਹਮਣੇ ਕਿਉਂਕਿ ਮੇਰੇ ਮਾਲਕ ਦੇ ਫਜ਼ਲ ਅਤੇ ਕਰਮ ਤੋਂ ਸਿਵਾ ਕੁਛ ਵੀ ਨਹੀਂ ਹੋ ਸਕਦਾ ਜਨਾਬ ਚੱਲ ਦੇ ਦੇ ਪੁੱਤਰੇ ਮੇਰੇ ਵੀਰ ਦੇ ਪੈਣੇ ਬੜੀ ਸੁਹੀਲ ਸੌਗ ਹੈ ਮਾਸ਼ਾਅੱਲਾ ਮੈਂ ਕੱਦ ਏਡਾ ਜਨਾਬੇ ਲਈ ਚੰਦ ਗਾਵਾਂ ਦਾ ਹੀ ਵੇਖਿਆ ਕੋਈ 100 ਚ ਇੱਕ ਅੱਧੀ ਗਾਂ ਦਾ ਏਡਾ ਕੱਦ ਵੇਖਿਆ ਹੋਣਾ ਯਾਨੀ ਕਿ ਮੈਂ 100 ਵੀਡੀਓ ਪਾਈ ਹੋਣੀ ਹੈ ਚੈਨਲ 'ਤੇ ਅਤੇ ਏਡੇ ਕੱਦ ਵਾਲੀ ਜਨਾਬੇ ਲਈ ਇਸ ਨਸਲ ਦੇ ਵਿੱਚ ਇੱਕ ਅੱਧੀ ਹੋਣੀ ਹੈ ਔਰ ਅੱਲਾਹ ਦੇ ਹੁਕਮ ਨਾਲ 100 ਤੋਂ ਬਾਅਦ 99 ਇਹ ਗਾਂ ਹੈ ਜਨਾਬੇ ਲਈ ਹਰ ਵੀਡੀਓ ਤੋਂ ਬਾਅਦ 100 ਤੋਂ ਬਾਅਦ ਹੀ ਇਹ ਜਿਹਾ ਜਾਨਵਰ ਆਉਂਦਾ ਏਡੇ ਕੱਦ ਵਾਲੇ ਇਸ ਨਸਲ ਦੇ ਵਿੱਚ ਸਾਹੀਵਾਲ ਅਤੇ ਜਨਾਬੇ ਲਈ ਮੇਰੇ ਵੀਰ ਦੇਖਦੇ ਪਏ ਨੇ ਰੈੱਡ ਫਰੀਜ਼ੀਅਨ ਦਾ ਕ੍ਰਾਸ ਹੈ ਔਰ ਮੇਰੇ ਵੀਰਾਂ ਦੇ ਸਾਹਮਣੇ ਸਾਹੀਵਾਲ ਰੈੱਡ ਫਰੀਜ਼ੀਅਨ ਕ੍ਰਾਸ ਵੈਟ ਪਿਓਰ ਸਾਹੀਵਾਲ ਅਤੇ ਰੈੱਡ ਫਰੀਜ਼ੀਅਨ ਦਾ ਕ੍ਰਾਸ ਹੈ ਮੇਰੇ ਵੀਰਾਂ ਦੇ ਸਾਹਮਣੇ ਹਾਈਟ ਜਨਾਬੇ ਲਈ ਫਰੀਜ਼ੀਅਨ ਵਾਲੀ ਲਾਮ ਜਨਾਬੇ ਲਈ ਫਰੀਜ਼ੀਅਨ ਵਾਲੀ ਰੰਗ ਜਨਾਬੇ ਲਈ ਕੁਛ ਫਰੀਜ਼ੀਅਨ ਵਾਲਾ ਔਰ ਕੁਛ ਜਨਾਬੇ ਲਈ ਜ਼ਿਆਦਾ ਸਾਹੀਵਾਲ ਵਾਲਾ ਔਰ ਜਨਾਬ ਮੇਰੇ ਵੀਰਾਂ ਦੇ ਸਾਹਮਣੇ ਥਣ ਸਾਹੀਵਾਲ ਵਾਲਾ ਔਰ ਮਾਸ਼ਾਅੱਲਾ ਦੁੱਧ ਅੱਲਾਹ ਦੇ ਹੁਕਮ ਨਾਲ ਫਰੀਜ਼ੀਅਨ ਵਾਲਾ ਔਰ ਐਂਡ ਤੱਕ ਜਿਹੜੀਆਂ ਪਿਓਰ ਸਾਹੀਵਾਲ ਵੀ ਸਨ ਗਾਵਾਂ ਸਾਡੇ ਦੇ ਸੀ ਲੋਕਾਂ ਨੇ ਤਾਂ ਕੇਅਰ ਨਹੀਂ ਭਰਾਓ ਕੀਤੀ ਆਪਾਂ ਨੂੰ ਪਤਾ ਸਾਰਿਆਂ ਵੀਰਾਂ ਨੂੰ ਜਿਹੜੇ ਗਾਵਾਂ 'ਤੇ ਕੰਮ ਕਰਦੇ ਪਏ ਨੇ ਸਾਹੀਵਾਲ ਜੀ ਗਾਂ ਤਾਂ ਰੋਜ਼ ਰੋਜ਼ ਦੋਸਤੋ ਲੱਭਦੀ ਨਹੀਂ ਸੀ ਸਾਹੀਵਾਲ ਐਸੀ ਇੱਕ ਗਾਂ ਸੀ ਕਿ ਜਿਹੜੀਆਂ
ਕਮ ਸੇ ਕਮ 25-26-27-27 ਲੀਟਰ ਸਕੂਨ ਨਾਲ ਦਿੰਦੀਆਂ ਸਨ। ਸਿਰਫ ਨਸਲ ਬਰੀਡ ਦੇ ਚੱਕਰਾਂ 'ਚ ਅਸੀਂ ਬਰੀਡ ਨਹੀਂ ਸਹੀ ਕਰਾ ਸਕੇ, ਜਿਹਦੀ ਵਜ੍ਹਾ ਤੋਂ ਅਸੀਂ ਸਾਹੀਵਾਲ ਬਹੁਤ ਕੰਮ ਸਾਡੇ ਕੋਲ ਰਹਿ ਗਏ ਨੇ ਜਾਨਵਰ। ਔਰ ਸਾਹੀਵਾਲ ਦਾ ਇਹ ਹੁੰਦਾ ਸੀ ਕਿ ਲਿਮਿਟ ਲੰਮੀ ਨਹੀਂ ਹੁੰਦੀ ਸੀ, ਦੇਰ ਵਾਲਾ ਨਹੀਂ ਹੁੰਦਾ ਸੀ। ਜਦੋਂ ਦੇ ਕ੍ਰਾਸ ਵਿੱਚ ਆ ਗਏ ਨੇ ਜਾਨਵਰ ਦਾ ਇਹ ਹੁੰਦਾ ਕਿ ਸੁੰਦਿਆ ਤੱਕ ਮਿਲਦਾ ਅੱਲਾ ਦੇ ਕੁਮਨਾ, ਜਿਵੇਂ ਗਾਂ ਦਾ ਕ੍ਰਾਸ ਵਿੱਚ ਇਹ ਸੁੰਦਿਆ ਤੱਕ ਅੱਲਾ ਦੇ ਕੁਮਨਾ ਦੁੱਧ ਦੇਗੀ ਇਨਸ਼ਾਅੱਲਾ। ਬਾਈ ਇਹਦੇ ਵਿੱਚ ਪਾ ਲਿਆ ਅਤੇ ਸ਼ਵਾਈ ਮੇਰੇ ਵੀਰਾਂ ਸਾਹਮਣੇ ਇੱਕ ਬਾਲਟੀ ਹੋਰ ਲੈ ਪਾਊਗਾ। ਅੱਛਾ ਫਿਰ ਠੀਕ। ਇਹ ਜਨਾਬ ਮੇਰੇ ਵੀਰਾਂ ਨੂੰ ਚੁਆ ਵੇਖਦੇ ਪਏ ਨੇ, ਗੜਵੀਆਂ ਮਾਰ ਕੇ ਹਰ ਗੱਲ ਦੀਆਂ ਤਸੱਲੀਆਂ ਕਰਾਵਾਂਗੇ। ਭਾਈ ਅਰਸ਼ਦ ਲੈ ਆ ਬੱਚਨ ਛੱਡ ਦੇ ਅਤੇ ਲੈ ਆ ਮੇਰੀ ਜਾਨ, ਤੂੰ ਆਉਂਦਾ ਪੈਸੇ ਬੱਚਨ ਛੱਡਣਾ, ਲੈ ਆ ਉਰਾ। ਤਸੱਲੀ ਵਾਲਾ ਕੰਮ ਵੀਰਾਂ ਨੂੰ ਕਰਾਈਦਾ, ਕੋਈ ਗੱਲ ਵੀਰਾਂ ਦੀ ਨਜ਼ਰ ਤੋਂ ਜਲਣੀ ਹੈ। ਭਾਈ ਜਾਨ ਲੈ ਆ, ਲੈ ਇੱਥੇ ਨੂੰ ਠੰਡਾ ਕਰਕੇ ਨਾ ਭਾਈ ਜਾਨ ਗੜਵੀਆਂ ਮਾਰ। ਐ ਮੇਰੇ ਵੀਰ ਦੇ ਮੈਨੂੰ ਬਿਲਕੁਲ ਦੇਸ਼ਕਾ ਖਾਲੀ ਹੈ ਔਰ ਹਰ ਗੱਲ ਮੇਰੇ ਵੀਰਾਂ ਸਾਹਮਣੇ, ਗੜਵੀਆਂ ਮਾਰੋ ਭਾਈ ਜਾਨ। ਅਸਲਾਮ ਵਾਲੇਕੁਮ ਸਰ ਜੀ, ਕਰਮ ਅੱਲਾ ਦਾ ਭਾਈ ਜਾਨ ਜੀ, ਬਹੁਤ ਮੇਰੇ ਮਾਲਕ ਦੀ ਖੈਰ ਜੀ। ਜੀ ਕੌਣ ਸੀ ਜਵਾਬੀ ਲਗਾਈ ਹੈ? ਹਾਂਜੀ ਜੀ, ਕਿਆ ਪੁੱਛ ਰਿਹਾ? ਮੈਂਸ ਪੁੱਛ ਰਿਹਾ, ਗਾਏ ਪੁੱਛ ਰਿਹਾ ਭਾਈ ਜਾਨ ਜੀ? ਕੌਣ ਸਾ ਗਾਏ ਮੇਰੇ ਭਰਾ ਨੇ ਲੈਣਾ ਹੈ? ਵੋ ਅੱਛਾ ਜੀ, ਇੱਕ ਗਾਏ ਔਰ ਹੈ, ਮੈਂ ਅਭੀ ਉਸਕੀ ਚੁਆਈ ਕਰ ਰਹਾ ਹੂੰ। ਗਾਏ ਬਹੁਤ ਬੜਾ ਹੈ ਭਾਈ ਜਾਨ, ਬਹੁਤ ਬੜਾ ਗਾਏ ਹੈ। ਅਭੀ ਇਸਕੀ ਗੜਵੀਆਂ ਮਾਰਨੇ ਲਗਾ ਹੂੰ ਦੂਧ ਕੀ, ਅਭੀ ਪਤਾ ਚੱਲ ਜਾਤਾ ਹੈ ਅਗਰ ਮੇਰੇ ਭਾਈ ਨੇ ਲੈਣਾ, ਮਕੂਲ ਰੇਟ ਮੈਂ ਬਹੁਤ। ਭਾਈ ਜਾਨ ਗੜਵੀਆਂ ਮਾਰੋ। ਜਨਾਬ ਇੱਕ ਮੈਂ ਤੁਹਾਨੂੰ ਕਾਲ ਕਰਨਾ ਹੁਣੇ ਭਰਾ ਨੂੰ, ਠੀਕ ਹੈ ਜਨਾਬ? ਇੱਕ ਚਲੋ ਜੀ, ਇੱਕ ਮਾਸ਼ਾਅੱਲਾ, ਦੋ ਜੀ, ਤਿੰਨ ਜੀ, ਹੈਲੋ, ਚਾਰ ਜੀ ਜੀ, ਵਾਲੇਕੁਮ ਅਸਲਾਮ, ਚਾਰ ਜੀ, ਪੰਜ ਜੀ ਜੀ ਜੀ, ਸ਼ੁਕਰ ਅੱਲਾ ਦਾ ਭਾਈ ਜਾਨ ਜੀ, ਦੁਆਵਾਂ ਭਾਈ ਜਾਨ। ਛੇ ਜੀ, ਹਾਂਜੀ ਹੁਣ ਚੁਆਈ ਲਈ ਹੈ ਗਾਂ ਦੀ ਅਤੇ ਉਹ ਗੜਵੀਆਂ ਮਾਰੀ ਜਾਂਦੇ ਜੀ। ਛੇ ਜੀ ਠੀਕ, ਛੇ ਅਤੇ ਇਹ ਸੱਤ, ਠੀਕ ਹੈ ਭਾਈ ਜਾਨ, ਇਹ ਅੱਠ, ਇਹ ਨੌ, ਇਹ ਜਨਾਬ ਲਈ ਦਸ, ਦਸ ਇਹ ਗਿਆਰਾਂ, ਠੀਕ ਹੈ ਜੀ ਸਰ, ਮੈਂ ਕਾਲ ਕਰਤਾ ਹੂੰ ਜੀ, ਗਿਆਰਾਂ, ਠੀਕ ਹੋ ਗਿਆ ਭਾਈ ਜੀ। ਜਨਾਬ 11 ਗੜਵੀਆਂ ਹੋਈਆਂ ਦੁੱਧ ਦੀਆਂ, ਮੇਰੇ ਭਰਾਵਾਂ ਨੇ ਦੇਖ ਲਿਆ, ਇਹ ਜਨਾਬੇ ਲਈ ਗਾਏ ਮੇਰੇ ਵੀਰ, ਪੂਰੀ ਤਸੱਲੀ ਨਾਲ ਦੇਖ ਲੈਣ, ਬੜਾ ਲਾਜਵਾਬ ਜਾਨਵਰ, ਨਿੱਬੂ ਤਰ੍ਹਾਂ ਨੁੱਛੜ ਗਈ ਹੈ। ਅੱਲਾ ਦੇ ਫਜ਼ਲ ਅਤੇ ਕਰਮ ਦੇ ਨਾਲ ਇੰਝ ਦੇ ਕੰਮ ਤੁਹਾਡਾ ਦੇਸ਼ ਪੰਜਾਬ ਟੀਵੀ ਤੁਹਾਡੇ ਲਈ ਕਰਦਾ। ਅਸੀਲਤਾ ਵੇਖਦੇ ਪਏ ਨੇ, ਨਾ ਬਾਈ ਨੇ ਵੰਗਾ ਪਾਇਆ, ਨਾ ਲੈਣੀ ਨਾ ਦੇਣੀ, ਔਰ ਕਦ ਕਾਠ ਗਾਂ ਦਾ ਬੜਾ ਰੈੱਡ ਫਰੀਜ਼ਨ ਦੇ ਵਿੱਚ ਕ੍ਰਾਸ ਹੈ। ਬਾਕੀ ਸਾਰੀਆਂ ਗੱਲਾਂ ਮੈਂ ਭਰਾ ਅਰਸ਼ਦ ਨਾਲ ਕਰਾਂਗਾ। ਦੁੱਧ ਵੀ ਗਾਂ ਦਾ ਜਨਾਬੇ ਸਫੈਦ ਚਿੱਟਾ, ਇਹ ਦੇਖਦੇ ਪਏ ਨੇ ਮੱਝਾਂ ਰੰਗਾ, ਸੰਘਣਾ ਅਤੇ ਗਾੜਾ, ਇਸ ਤਰੀਕੇ ਕਿ ਜਨਾਬੇ ਲਈ ਜਿਵੇਂ ਮਾਝ ਨਾ ਵੀ ਜ਼ਿਆਦਾ ਗਾੜਾ ਹੈ, ਔਰ ਮੇਰੇ ਵੀਰਾਂ ਦੇ ਸਾਹਮਣੇ ਔਰ ਹਰ ਗੱਲ ਭਰਾ ਕਰੇਗਾ।
ਔਰ ਜਨਾਬ ਭਾਈ ਅਰਸ਼ਦ ਨਾਲ ਸਾਰੀ ਗੱਲ ਕਰ ਲੈਣਾ। ਅਸਲਾਮ ਵਾਲੇਕੁਮ ਭਾਈ ਅਰਸ਼ਦ ਜੀ। ਵਾਲੇ ਭਰਾ ਦੀ ਕੀ ਜਾਨ ਕੀ ਹਾਲ ਚਾਲ ਜੀ? ਅੱਲਾਹ ਦਾ ਕਰਮ ਭਾਈ ਅਰਸ਼ਦ, ਮਾਸ਼ਾਅੱਲਾ ਮੇਰੇ ਭਰਾ ਨੇ ਜਿੰਨੇ ਵੀ ਅੱਜ ਤੱਕ ਜਾਨਵਰ ਵੇਚੇ ਨੇ ਕੋਈ ਗਿੱਲਾ ਸ਼ਿਕਵਾ ਤੇ ਲਾ ਮੰਨ ਲਿਆ ਜਿਹੜਾ ਤੂੰ ਮੱਝ ਵੀ 20 ਲੀਟਰੀ ਮੈਂ ਤੇਰੇ ਕੋਲ ਚੁਆ ਕੇ ਦਿੱਤੀ ਵੀਰ, ਦੋ ਟਾਈਮ ਆ ਕੇ ਆਪਣੇ ਕੋਲ ਦੋ ਟਾਈਮ ਗੜਵੀਆਂ ਮਾਰ ਕੇ ਤਸੱਲੀਆਂ ਕਰਕੇ 20 ਲੀਟਰੀ ਆਪਣੇ ਦਾ ਮੱਝ ਲੈ ਕੇ ਗਿਆ। ਉੱਤੇ ਬੰਦਾ ਵਿਆਪਸ਼ ਨਹੀਂ ਨਹੀਂ ਸ਼ਰਮਿੰਦੀ ਨਾ ਤੁਹਾਨੂੰ ਹੁੰਦੀ ਨਾ ਸਾਨੂੰ ਹੁੰਦੀ, ਤੇ ਨਾਲੇ ਮੇਰਾ ਕੋਈ ਵੀਰ 200 ਕਿਲੋਮੀਟਰ ਕਰਕੇ ਆਉਂਦਾ, ਕੋਈ 500 ਕਿਲੋਮੀਟਰ ਕਰਕੇ ਆਉਂਦਾ, ਕੋਈ 400 ਕਿਲੋਮੀਟਰ ਕਰਕੇ ਆਉਂਦਾ, ਫਿਰ ਬੰਦੇ ਦੀ ਉਹ ਗੱਲ ਰਹਿੰਦੀ ਨਹੀਂ ਰਹਿੰਦੀ ਨਹੀਂ। ਤੇ ਮੇਰਾ ਭਰਾ ਗੱਲ ਇਹ ਕਿ ਇਹਦਾ ਇਹ ਦੱਸਣਾ ਕਿ ਆਪਾਂ ਜੋ ਹੈ ਮਾਸ਼ਾਅੱਲਾ ਗਾਂ ਦਾ 11 ਲੀਟਰ ਬਣਦਾ, ਬਿਲਕੁਲ ਆਪਾਂ ਗਰੰਟੀ ਕਿੰਨੇ ਲੀਟਰ ਦੀ ਦੁੱਧ ਹੀ ਦਿੰਦੇ ਹਾਂ ਯਾਰ? ਤੂੰ ਠਾਰ ਠਾਰ ਕਹਿੰਦਾ ਵੀ ਭਾਈ ਆਪਾਂ ਸ਼ਰਮਿੰਦਾ ਹੈ ਗਾਂ ਕੋ 20 ਲੀਟਰ, ਪਰ ਆਪਾਂ 18 ਦੀ ਗਰੰਟੀ ਦਿਆਂਗੇ, ਜਿਹੜਾ 18 ਦੀ ਆਪਣੀ ਲੋਹੇ ਤੋੜ ਤੋੜ ਗਰੰਟੀ ਲਾ ਦੇ ਦਿੰਦਾ। ਤੇ ਭਾਈ ਅਰਸ਼ਦ ਆਪਣਾ ਇਹ ਸੂਈ ਨੂੰ ਕਿੰਨੇ ਦਿਨ ਹੋ ਗਏ? ਸੂਈ ਨੂੰ ਅੱਜ ਵੀਰੇ 9 ਦਿਨ ਹੋ ਗਏ। 9 ਦਿਨ ਹੋ ਗਏ ਤੇ ਯਾਨੀ ਕਿ ਮੈਲਣ ਸ਼ੁਰੂ ਹੋ ਗਈ? ਨਹੀਂ ਮੈਲਣ ਹਾਂਜੀ ਸ਼ੁਰੂ ਹੋ ਗਈ, ਹੁਣ 2-3 ਦਿਨਾਂ ਹੋਰ ਹੋ ਗਏ ਜੇ ਸ਼ੁਰੂ ਨਹੀਂ ਹੋਈ। ਹਾਲੇ ਕੱਚਾ ਮੈਲਾ ਸਿਰ ਹਾਂਜੀ ਕੱਚਾ ਮੈਲਾ ਸਿਰ ਦੀ ਠੀਕ ਹੋ ਗਿਆ। ਮੇਰਾ ਭਰਾ ਥਾਣ ਦੀ ਤਾਂ ਤਸੱਲੀ ਹੋ ਗਈ ਪਿੱਛੇ ਦੀ, ਬਾਕੀ ਇਹਦੇ ਕੋਈ ਬਾਡੀ ਤੇ ਲਿੰਪੀ ਸਕਿਨ ਉਰਾ ਪਰ ਕੋਈ ਮਸਲਾ ਮਸਾਇਲ ਨਹੀਂ ਵੀਰੇ ਕਰਦੀਆਂ ਨੇ, ਹੋਰ ਵੀ ਤਸੱਲੀਆਂ ਆਪਾਂ ਮਜ਼ੀਦ ਕਰਾਂਗੇ। ਹਾਂਜੀ ਇਹ ਮੇਰੇ ਵੀਰ ਕਈ ਆਂਦੇ ਨੇ ਯਾਰ ਬਾਡੀ ਵਿਖਾ ਦਿੱਤਾ ਕਰੋ ਜਾਨਵਰ ਦੀ, ਇਹ ਬਾਡੀ ਮੇਰੇ ਵੀਰ ਦੇਖ ਲੈਣ ਕਿਧਰੇ ਕੋਈ ਦਾਣਾ ਕੋਈ ਨਿਸ਼ਾਨ ਇਹ ਦੇਖਦੇ ਪਏ ਨੇ ਪੂਰੇ ਜਾਨਵਰ ਤੇ, ਹੈ ਪੂਰੇ ਜਾਨਵਰ ਤੇ ਮੈਂ ਵਿਖਾਦਾ ਪਿਆ ਕੋਈ ਅੱਲਾ ਦੇ ਫਜ਼ਲ ਤੇ ਕਰਮ ਨਾਲ ਦੂਰ ਦੂਰ ਤਿਕਰ ਗਾਂ ਨੂੰ ਨਾਮੋ ਨਿਸ਼ਾਨ ਕੋ ਨਹੀਂ ਦਾ। ਇਹ ਮੇਰੇ ਵੀਰਾਂ ਨੂੰ ਮੈਂ ਪੂਰੀ ਗਾਂ ਤਾਂ ਵਿਖਾਦਾ ਪਿਆ, ਇਹ ਦੇਖ ਲੈ ਪੂਰੀ ਗਾਂ ਨੂੰ, ਔਰ ਕੋਈ ਲਿੰਪੀ ਸਕਿਨ ਨਹੀਂ ਕੋਈ ਕੁਛ ਨਹੀਂ, ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਜਾਨਵਰ ਮੇਰੇ ਵੀਰ ਵੇਖਣਗੇ ਪਸੰਦ ਆਏਗਾ। ਭਾਈ ਅਰਸ਼ਦ ਜਾਨਵਰ ਦਾ ਆਪਾਂ ਮੁੱਲ ਪਤਾ ਕੀ ਕਰਨਾ ਕਿ ਜਿਹੜਾ ਲੈ ਲੈਣਾ ਯਾਰ ਆਪਾਂ ਕਰਾਂਗੇ ਉਹ ਤੇ ਅੱਲਾ ਦਾ ਕਰਦੇ ਹੀ ਪੱਕਾ ਜਾ ਮੁੱਲ ਰਹਿੰਦਾ ਕੁੱਕਾ ਤੇ ਆਪਣਾ ਨਹੀਂ ਰਹਿੰਦਾ ਨਹੀਂ ਰਹਿੰਦਾ ਲੱਗਿਆ ਅੱਲਾ ਦਾ ਕਮਣਾ ਪੱਕਾ ਜਾ ਵੀਰੇ ਤੇ ਪੱਕਾ ਜਾ ਮੁੱਲ ਮੇਰਾ ਭਰਾ ਕਾ ਵੀਰੇ ਪਤਾ ਗੱਲ ਲੋਕਾਂ ਦਾ ਮੁੱਲ 3-2-80 ਵੀ ਕਰਨਾ ਪੱਕਾ ਆ ਫਾਈਨਲ ਆਪਾਂ 260 ਦੀ ਬੈਠ 2,60,000 ਦੀ ਦੇ ਦੇਣਗੇ। ਹਾਂਜੀ 260 ਦੇ ਵਿੱਚੋਂ ਕੋਈ ਕਮੀ ਪੇਸ਼ੀ ਕੋਈ ਪਿਆਰ ਮੁਹੱਬਤ ਕੋਈ ਸ਼ਫਕਤ ਹਮੇਸ਼ਾ ਤਾਂ ਹੋ ਜਾਏਗੀ ਹੋ ਜਾਏਗੀ। ਮੇਰੇ ਭਰਾ ਵੇਚਦੇ ਪੈਣ 2,00,000 ਤੇ ਬਾਈ ਨੇ ਕੀਤਾ ਭਾਈ ਜਾਨ 60,000 ਰੁਪਇਆ ਪਿਆਰ ਮੁਹੱਬਤ ਸ਼ਫਕਤ ਬਾਈ ਕਹਿੰਦਾ ਕਿ ਜ਼ਰੂਰ ਭਰਾਵਾਂ ਲਈ ਹੋ ਜਾਏਗੀ, ਅਸੀਂ ਵੀ ਕੋਸ਼ਿਸ਼ ਕਰਾਂਗੇ ਜਿੰਨੀ ਹੋ ਸਕੀ ਕਰਵਾਵਾਂਗੇ। ਔਰ ਅਗਰ ਅੱਜ ਵਾਲੀ ਵੀਡੀਓ ਪਸੰਦ ਆਉਂਦੀ ਹੈ ਕੋਈ ਮੇਰਾ ਭਰਾ ਵੇਖਣਾ ਚਾਹੁੰਦਾ ਬਾਈ ਕਹਿੰਦਾ ਮੂੰਹ ਪੱਟ ਕੇ ਵਿਖਾ ਦਿਓ, ਐਂ ਦੀਆਂ ਤਸੱਲੀਆਂ ਦੋਸਤ ਰੋਜ਼ ਰੋਜ਼ ਨਹੀਂ ਕਿਸੇ ਨੇ ਕਰਾਉਣੀਆਂ, ਦੰਦ ਵੀ ਮੇਰੇ ਵੀਰਾਂ ਨੇ ਵੇਖ ਲੈਣੇ। ਔਰ ਜਨਾਬੇ ਲਈ ਮੂੰਹ ਛਿੱਗੀ ਹੈ ਔਰ ਕੰਨੀ ਵਾਲਾ ਦੰਦ ਕੋ ਨਹੀਂ ਕੱਢਿਆ, ਇਹ ਜਨਾਬੇ ਲਈ ਬੱਚੇ ਨੂੰ ਵੀ ਛੱਡਿਆ, ਇਹ ਮਗਰ ਵੱਛਿਆ। ਵੀਡੀਓ ਪਸੰਦ ਆਉਂਦੀ ਕੋਈ ਖਰੀਦਣਾ ਚਾਹੁੰਦਾ ਮੇਰਾ ਰਾਬਤਾ ਨੰਬਰ ਲੈ ਸਕਦੇ ਹੋ 0300 ਪੂਰਾ ਜੀ 510-40 ਜਨਾਬੇ ਲਈ 51-510-40-51 ਇਹ ਵਟਸਐਪ ਨੰਬਰ ਹੈ ਦੋਸਤੋ, ਰਾਬਤਾ ਨੰਬਰ। ਉਮੀਦ ਕਰਨਾ ਕਿ ਅੱਜ ਵਾਲੀ ਵੀਡੀਓ ਪਸੰਦ ਹੈਗੀ, ਲਾਈਕ ਵੀ ਕਰੋਗੇ ਸ਼ੇਅਰ ਵੀ ਕਰੋਗੇ ਕਮੈਂਟ ਵੀ ਕਰੋਗੇ, ਔਰ ਜਨਾਬੇ ਸਾਡਾ ਆਦੇਸ਼ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਵੀ ਕਰੋਗੇ ਇਨਸ਼ਾਅੱਲਾ ਤਾਲਾ, ਤੁਹਾਡਾ ਦੇਸ਼ ਪੰਜਾਬ ਟੀਵੀ ਤੁਹਾਡੇ ਲਈ ਮੁਹੱਬਤਾਂ ਚਾਹਤਾਂ ਜ਼ਰੂਰ ਕਰਦਾ ਰਹੇਗਾ। ਔਰ ਤੁਹਾਡਾ ਦੇਸ਼ ਪੰਜਾਬ ਟੀਵੀ ਨੇ ਸਬਸਕ੍ਰਾਈਬ ਵੀ ਕਰਨਾ, ਲਾਈਕ ਵੀ ਕਰਨਾ, ਸ਼ੇਅਰ ਵੀ ਕਰਨਾ। ਔਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜੁਵੇ ਨੂੰ ਦੇਣ ਇਜਾਜ਼ਤ ਅਲਾਨੀ ਕਵਾਰ, ਪਾਕਿਸਤਾਨ ਜ਼ਿੰਦਾਬਾਦ।